ਤੁਸੀਂ ਵੇਖ ਰਹੇ ਹੋ ਜਸਟ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਦੇ ਨਾਲ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜਸ ਕੈਮਰੇ ਦੀ ਨਜ਼ਰ। ਜੀ ਹਾਂ, ਇਸ ਪ੍ਰੋਗਰਾਮ ਦੇ ਤਹਿਤ ਅਸੀਂ ਤੁਹਾਨੂੰ ਦਰਸਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੁਝ ਵਾਪਰਿਆ ਪਿਛਲੇ ਵੀਕ ਨੌਰਥ ਅਮਰੀਕਾ ਦੇ ਅੰਦਰ। ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਦੇ ਨਾਲ। ਸਰਦਾਰ ਜਗਜੀਤ ਸਿੰਘ ਯੂਨਾਈਟਿਡ ਸਿੱਖਸ ਵੱਲੋਂ ਉਹ ਗੁਰਦੁਆਰਾ ਫੇਅਰਫੈਕਸ ਵਰਜੀਨੀਆ ਪਹੁੰਚੇ, ਜਿੱਥੇ ਉਹਨਾਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਕੀ ਕੁਝ ਉਹਨਾਂ ਨੇ ਕਿਹਾ, ਆਓ ਵੇਖਦੇ ਹਾਂ ਸਾਡੇ ਸਹਿਯੋਗੀ ਸਰਮੁਖ ਸਿੰਘ ਮਣਕੂ ਦੀ ਇਹ ਰਿਪੋਰਟ। ਵਾਲੰਟੀਅਰ ਟੈਬ ਐਂਡ ਹੈਲਪ ਅਸ ਆਊਟ। ਸੋ ਮੈਂ ਇੰਨੀਆਂ ਹੀ ਬੇਨਤੀਆਂ ਕਰਨੀਆਂ ਸੀ। ਗੁਰੂ ਸਾਹਿਬ ਕਹਿੰਦੇ ਆਵੋ ਸੰਤ ਪਿਆਰੇ ਹੋ, ਇਕੱਠ ਕੀ ਕਰਾਂ ਕਹਾਣੀ, ਕਰਾਂ ਕਹਾਣੀ ਇਕੱਠ ਕੇਰੀ ਕਿੱਤ ਦੁਆਰੇ ਪਾਈ ਹੈ। ਸਵਾਲ ਕਰ ਲਿਆ ਕਿ ਜਵਾਬ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ। ਅਤੇ ਸੌਂਪਣਾ ਕਿੱਦਾਂ ਹੈ? ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਮੇਰੇ ਰਾਹ 'ਤੇ ਜਦੋਂ ਤੂੰ ਤੁਰਨਾ ਤਾਂ ਸੀਸ ਆਪਣਾ ਤਲੀ 'ਤੇ ਰੱਖ ਕੇ ਆਉਣਾ, ਜੋ ਤੋ ਪ੍ਰੇਮ ਖੇਲਣ ਕਾ ਜਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਜਦੋਂ ਅਸੀਂ ਇੱਥੇ ਮੱਥਾ ਟੇਕਦੇ ਹਾਂ, ਆਪਣੀ ਮੱਤ ਰੱਖ ਦਿੰਦੇ ਹਾਂ ਔਰ ਗੁਰੂ ਦੀ ਮੱਤ ਗ੍ਰਹਿਣ ਕਰ ਲੈਂਦੇ ਹਾਂ, ਉਹ ਸਾਡਾ ਸੀਸ ਦਾ ਦੇਣਾ ਹੈ। ਤਨ ਦੇ ਦਿੱਤਾ, ਮਨ ਕਿਸ ਤਰ੍ਹਾਂ ਦਿੱਤਾ? ਜਦੋਂ ਅਰਦਾਸ ਦੇ ਵਿੱਚ ਅਸੀਂ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਇਹ ਪ੍ਰਣ ਕਰਨਾ ਹੈ, ਮਨ ਨੀਵਾਂ ਅਤੇ ਮਤ ਉੱਚੀ। ਵਿਚਾਰਾਂ ਦੇ ਸੰਗ੍ਰਹਿ ਨੂੰ ਮਨ ਕਿਹਾ ਜਾਂਦਾ ਹੈ। ਉਹਦੇ ਉੱਤੇ ਕੁੰਡਾ ਜਿਹੜਾ ਹੈ ਉਹ ਗੁਰੂ ਦੇ ਗਿਆਨ ਦਾ ਹੈ, ਜਿੱਦਾਂ ਹਾਥੀ ਨੂੰ ਚਲਾਉਣ ਵਾਸਤੇ ਕੁੰਡਾ ਹੈ। ਗੁਰੂ ਸਾਹਿਬ ਉਦਾਹਰਣ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਦਿੰਦੇ ਨੇ, ਹਾਥੀ ਵਾਲੀ ਹਸਤੀ ਸਿਰ ਜੋ ਅੰਕਸ ਹੈ। ਸੋ ਉਹ ਜਿਹੜਾ ਅੰਕਸ ਹੈ ਉਹ ਗੁਰੂ ਗਿਆਨ ਦਾ ਕੁੰਡਾ ਹੈ। ਸੋ ਤਨ ਮਨ ਅਤੇ ਧਨ ਦਸਾਂ ਨੋਹਾਂ ਦੀ ਕਿਰਤ ਕਮਾਈ ਜੋ ਆਪ ਜੀ ਕਰਦੇ ਹੋ, ਮਿਹਨਤ ਕਰਦੇ ਹੋ, ਉਸ ਧਨ ਨੂੰ ਕਿਸ ਤਰ੍ਹਾਂ ਵਰਤਣਾ ਹੈ, ਇਹ ਜਿਹੜਾ ਸਿਸਟਮ ਹੈ, ਆਪਣੀ ਲੋੜ ਪੂਰੀ ਕਰਕੇ ਬਾਕੀ ਦਾ ਸਮਾਜਿਕ ਭਲੇ ਪੰਥਕ ਕਾਰਜਾਂ ਦੇ ਵਿੱਚ ਲਾਉਣਾ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ, ਇੱਥੇ ਸਿੰਘ ਸਭਾ ਗੁਰਦੁਆਰਾ ਵਿੱਚ ਯੂਨਾਈਟਿਡ ਸਿੱਖ ਦੇ ਜਿਹੜੇ ਪ੍ਰਬੰਧਕ ਆ, ਜਿਹੜੇ ਮੈਂਬਰ ਆ, ਉਹ ਇੱਥੇ ਆਏ ਆ। ਇਹ ਜਿਹੜੀ ਸੰਸਥਾ ਆ ਬਹੁਤ ਵੱਡੇ ਪੱਧਰ 'ਤੇ ਸਿਵਲ ਰਾਈਟਸ ਦੀ ਔਰ ਐਜੂਕੇਸ਼ਨ ਦੀ ਸਿੱਖਾਂ ਬਾਰੇ ਗੱਲ ਕਰਦੀ ਆ, ਅਤੇ ਅਸੀਂ ਬੜਾ ਆਪਣੇ ਆਪ ਨੂੰ ਮਾਣ ਪ੍ਰਾਪਤ ਕਰਦੇ ਹਾਂ ਕਿ ਅੱਜ ਇੱਥੇ ਆਏ ਆ। ਇਸ ਬਾਰੇ ਜਿਹੜੀ ਹੋਰ ਜਾਣਕਾਰੀ ਆ, ਭਾਈ ਜਗਦੀਸ਼ ਸਿੰਘ ਹੁਣੀ ਜਿਹੜੇ ਯੂਨਾਈਟਿਡ ਸਿੱਖ ਦੇ ਮੈਂਬਰ ਹਨ, ਉਹ ਬਾਕੀ ਜਾਣਕਾਰੀ ਦੇਣਗੇ, ਅਤੇ ਮੈਂ ਉਹਨਾਂ ਨੂੰ ਮਾਇਕ ਦਿਆਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਤੇਜਪਾਲ ਸਿੰਘ ਜੀ, ਜਿਹੜੇ ਕਿ ਮੁੱਖ ਸੇਵਾਦਾਰ ਨੇ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਦੇ। ਆਪ ਸਾਰਿਆਂ ਨੂੰ ਜਿਹੜੇ ਮੇਰੇ ਨਾਲ ਇੱਥੇ ਖੜ੍ਹੇ ਨੇ ਅਤੇ ਜਿੰਨੀਆਂ ਵੀ ਸੰਗਤਾਂ ਜਸ ਪੰਜਾਬੀ ਚੈਨਲ ਦੇਖ ਰਹੀਆਂ ਨੇ, ਉਹਨਾਂ ਨੂੰ ਗੁਰੂ ਸਾਹਿਬ ਦੀ ਬਖਸ਼ੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਕਿ ਅਸੀਂ ਗੁਰਦੁਆਰਾ ਸਾਹਿਬ ਦੀ ਧਰਤੀ ਦੇ ਉੱਤੇ ਇਸ ਵੇਲੇ ਖੜ੍ਹੇ ਹਾਂ ਔਰ ਗੁਰਦੁਆਰਾ ਸਾਹਿਬ ਵੱਲੋਂ ਬਹੁਤ ਹੀ ਨਿੱਘਾ ਸਵਾਗਤ, ਬਹੁਤ ਭਰਪੂਰ ਯੋਗਦਾਨ ਯੂਨਾਈਟਿਡ ਸਿੱਖਸ ਨੂੰ ਦਿੱਤਾ ਗਿਆ ਹੈ। ਯੂਨਾਈਟਿਡ ਸਿੱਖਸ ਜਿਹੜੀ ਪਿਛਲੇ 20 ਸਾਲਾਂ ਤੋਂ ਇੱਕ ਸਿਰਫ ਇੱਕੋ ਇੱਕ ਸਿੱਖਾਂ ਦੀ ਯੂਨਾਈਟਿਡ ਨੇਸ਼ਨਸ ਨਾਲ ਅਫੀਲੀਏਟਿਡ ਆਰਗੇਨਾਈਜੇਸ਼ਨ ਹੈ, ਜਿਹੜੇ ਬਹੁਤ ਵਧੀਆ ਕਮਾਲ ਦੇ ਪ੍ਰੋਜੈਕਟ ਕਰ ਰਹੀ ਹੈ। ਮੇਰੇ ਨਾਲ ਵੀਰ ਜਤਿੰਦਰ ਸਿੰਘ ਹੁਣੀ ਵੀ ਨੇ, ਜਿਹੜੇ ਕਿ ਸਾਡੇ ਨਿਊਯਾਰਕ ਦੇ ਡਾਇਰੈਕਟਰ ਨੇ, ਅਤੇ ਹੋਰ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਬੇਸ਼ੁਮਾਰ ਇੱਥੇ ਸੰਗਤਾਂ ਨਾਲ ਖੜੀਆਂ ਨੇ। ਅਤੇ ਜੁਲਾਈ 4 ਨੂੰ ਅਮੈਰੀਕਾ ਦਾ ਆਜ਼ਾਦੀ ਦਿਹਾੜਾ ਮਨਾਇਆ ਗਿਆ। ਜੇਕਰ ਗੱਲ ਅਸੀਂ ਟ੍ਰਾਈ ਸਟੇਟ ਦੀ ਕਰੀਏ ਤਾਂ ਵਾਸ਼ਿੰਗਟਨ DC ਵਿਖੇ ਇੱਕ ਪਰੇਡ ਵੀ ਕੱਢੀ ਗਈ। ਇਸ ਪਰੇਡ ਦੇ ਵਿੱਚ ਸਿੱਖਸ ਆਫ ਅਮੈਰੀਕਾ ਅਤੇ ਵੱਖ ਵੱਖ ਹੋਰ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ। ਆਓ ਵੇਖਦੇ ਹਾਂ ਸਾਡੇ ਸਹਿਯੋਗੀ ਸਰਮੁਖ ਸਿੰਘ ਮਣਕੂ ਦੀ ਇਹ ਰਿਪੋਰਟ। ਦੇਖਣ ਵਾਲਿਆਂ ਨੂੰ 4th of July ਦੀ ਲੱਖ ਲੱਖ ਵਧਾਈ ਹੋਏ, ਅਮੈਰੀਕਾ ਦੇ ਇੰਡੀਪੈਂਡੈਂਸ ਡੇ ਦੀ। ਅੱਜ ਸਿੱਖਸ ਆਫ ਅਮੈਰੀਕਾ ਵਾਸ਼ਿੰਗਟਨ DC ਵਿੱਚ 4th of July ਦੀ ਜਿਹੜੀ ਨੈਸ਼ਨਲ ਡੇ ਪਰੇਡ ਹੈ ਉਹਦੇ ਵਿੱਚ ਹੁੰਮਾ ਕੇ ਹਿੱਸਾ ਲੈ ਰਿਹਾ ਹੈ, ਅਤੇ ਅੱਜ ਬੜਾ ਹੀ ਪ੍ਰਾਊਡ ਫੀਲ ਹੋ ਰਿਹਾ। ਇੱਥੇ ਸਾਡੇ ਕੋਲ US Army ਦੇ ਕਰਨਲ ਕਲਸੀ
ਕਲਸੀ ਸਾਹਿਬ ਕਰਨਲ ਕਲਸੀ ਆਏ ਹੋਏ ਨੇ ਜਿਨ੍ਹਾਂ ਨੇ ਕਿ ਹੀ ਵਾਜ਼ ਦਾ ਫਸਟ ਸਿੱਖ ਟਰਬਨ ਸਿੱਖ ਟੂ ਜੁਆਇਨ ਦਾ ਇੰਡੀਅਨ ਆਰਮੀ ਔਰ ਉਹਨਾਂ ਨੇ ਬਾਕੀ ਸਿੱਖਾਂ ਵਾਸਤੇ ਯੂ ਐੱਸ ਆਰਮੀ ਸੋਰੀ ਔਰ ਉਹਨਾਂ ਨੇ ਬਾਕੀ ਸਿੱਖਾਂ ਵਾਸਤੇ ਵੀ ਆਪਣੇ ਦਰਵਾਜ਼ੇ ਖੋਲ੍ਹੇ ਨੇ ਅਤੇ ਅੱਜ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਏਅਰਫੋਰਸ ਦੇ ਜਿਹੜੇ ਪਹਿਲੇ ਏਅਰਮੈਨ ਨੇ ਏਅਰਮੈਨ ਬਾਜਵਾ ਇੱਥੇ ਖੜ੍ਹੇ ਨੇ ਅਤੇ ਨਾਲ ਹੀ ਹੋਰ ਟਰਬਨ ਸਾਰੇ ਯੂ ਐੱਸ ਆਰਮੀ ਦੇ ਜਵਾਨ ਇੱਥੇ ਖੜ੍ਹੇ ਨੇ ਅਤੇ ਇਹਨਾਂ ਨੂੰ ਵੇਖ ਕੇ ਬਹੁਤ ਹੀ ਅੱਛਾ ਲੱਗ ਰਿਹਾ ਹੈ ਬੜੀ ਪ੍ਰਾਊਡ ਫੀਲਿੰਗ ਆ ਰਹੀ ਹੈ ਅਤੇ ਅੱਜ ਦੀ ਪਰੇਡ ਦਾ ਸਾਡਾ ਮਕਸਦ ਹੈ ਕਿ ਅਸੀਂ ਮੇਨ ਸਟ੍ਰੀਮ ਅਮੈਰੀਕਾ ਨੂੰ ਦੱਸੀਏ ਕਿ ਸਿੱਖ ਕਮਿਊਨਿਟੀ ਦਾ ਸਾਡਾ ਇਸ ਮੁਲਕ ਵਿੱਚ ਕਿੰਨਾ ਯੋਗਦਾਨ ਹੈ ਅਤੇ ਅਸੀਂ ਇਸ ਮੁਲਕ ਨੂੰ ਉਨਾ ਹੀ ਪਿਆਰ ਕਰਦੇ ਹਾਂ ਜਿੰਨਾ ਕੋਈ ਹੋਰ ਅਮੈਰੀਕਨ ਕਰਦਾ ਹੈ ਐਂਡ ਵੀ ਲਵ ਦਿਸ ਨੇਸ਼ਨ। ਪਹਿਲੇ ਤਾਂ ਬਹੁਤ ਬਹੁਤ ਵਧਾਈ ਅਤੇ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਨੂੰ for and Six of America for inviting us and having us participate in the parade for so many years now. We're honored to be here aur assi bahut apne nu khush naseeb samajhde ha ki Six of America 4th of July di parade vich bhag lende ne aur assi 7 saal to kar rahe ha aur sab to khushi di gall hai ki kal jara Trump sahab ne apni WhatsApp bhejya unde vich Six of America da ਸਭ ਤੋਂ ਪਹਿਲੇ ਜ਼ਿਕਰ ਆਇਆ ਕਿ ਜਿਹੜੀ ਅਸੀਂ ਬਲੂਨ ਅਸੀਂ ਗਏ ਹਾਂ 4 ਜੁਲਾਈ ਉੱਤੇ ਵਾਸ਼ਿੰਗਟਨ DC ਵਿੱਚ ਸਿੱਖ ਫਲੋਟ ਦੇ ਨਾਲ ਸੱਜ ਕੇ ਸਿੱਖ ਸੰਗਤਾਂ ਜਿਹੜੀਆਂ ਹੈ ਸਿੱਖੀ ਦੀ ਪਹਿਚਾਣ ਪੱਗ ਦੀ ਪਹਿਚਾਣ ਜਿਹੜੀ ਹੈ ਉਹ ਅਮੈਰੀਕਾ ਨੂੰ ਦਿਖਾ ਰਹੀ ਹੈ ਕਿ ਸਿੱਖ ਕੀ ਹਨ। ਸਿੱਖ ਇੱਕ ਵੱਖਰੀ ਕੌਮ ਹੈ ਔਰ ਇਹ ਕੌਮ ਬਾਦਸ਼ਾਹ ਦੀ ਹੈ, ਸੂਰਬੀਰਾਂ ਦੀ ਹੈ, ਭਗਤਾਂ ਦੀ ਹੈ ਔਰ ਇਸ ਸਿੱਖਾਂ ਨੇ ਹਰ ਜਗ੍ਹਾ ਆਪਣੇ ਝੰਡੇ ਬੁਲੰਦ ਕੀਤੇ ਹੋਏ ਹੈ। ਹੈਪੀ 4th of July ਸਾਰੇ ਹੀ ਸਿੱਖਸ ਆਫ ਅਮੈਰੀਕਾ ਵੱਲੋਂ ਜਿਹੜਾ ਟੀਮ ਮੈਂਬਰਸ ਅੱਜ ਇੰਡੀਪੈਂਡੈਂਸ ਡੇ ਪਰੇਡ 'ਤੇ ਵਾਸ਼ਿੰਗਟਨ DC ਨੇਸ਼ਨਸ ਕੈਪੀਟਲ ਵਿੱਚ ਇਕੱਠੇ ਹੋਏ ਸੀਗੇ। ਉਹਨਾਂ ਨੇ ਬੜੀ ਹੁੰਮਾ ਕੇ ਪਰੇਡ ਵਿੱਚ ਹਿੱਸਾ ਲਿੱਤਾ ਅਤੇ ਉਹਨਾਂ ਨੇ ਇਸ ਪਰੇਡ ਵਿੱਚ ਸ਼ਾਮਿਲ ਹੋ ਕੇ ਇੱਕ ਵਾਰੀ ਫਿਰ ਸਿੱਖ ਆਈਡੈਂਟੀ ਨੂੰ, ਸਿੱਖਾਂ ਦੀ ਸ਼ਮੂਲੀਅਤ ਨੂੰ ਇੱਕ ਵਾਰੀ ਫਿਰ ਹੱਲੋਸ਼ੇਰੀ ਦਿੱਤੀ ਹੈਗੀ ਹੈ। ਸਿੱਖਾਂ ਨੇ ਇਸ ਵਿੱਚ ਆਪਣਾ ਕੀ ਕੀਤਾ, 300-400 ਸਿੱਖ ਆਪਣੇ ਟਰਬਨਡ ਸਿੱਖ ਤਰੀਕੇ ਨਾਲ ਆਪਣਾ ਲਾਲ ਕੱਪੜੇ ਪਾ ਕੇ ਬਲੂ ਰੈੱਡ ਬਲੂ ਐਂਡ ਵਾਈਟ ਕਲਰ ਵਿੱਚ ਅਤੇ ਸ਼ਾਮਿਲ ਹੋਏ। ਉਹਦੇ ਨਾਲ ਸਾਡੇ ਨਾਲ ਬੜਾ ਵਧੀਆ ਇੱਕ ਫਲੋਟ ਸੀਗਾ। ਅਤੇ ਲਓ ਜੀ, ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਵੈਸਟ ਕੋਸਟ ਕੈਲੀਫੋਰਨੀਆ, ਜਿੱਥੇ ਮੰਗਲ ਹਤੂਰ ਵੱਲੋਂ ਪੰਜਾਬ ਦਾ ਪਾਣੀ ਬੁੱਕ ਰਿਲੀਜ਼ ਕੀਤੀ ਗਈ। ਇਸ ਵਿੱਚ ਵੱਖ ਵੱਖ ਲੋਕਲ ਕਵੀ ਅਤੇ ਹੋਰ ਵੀ ਕਈ ਫਿਲੋਸਫਰਸ ਪਹੁੰਚੇ। ਆਓ ਵੇਖਦੇ ਹਾਂ ਉਹਨਾਂ ਨੇ ਕੀ ਕੁਝ ਕਿਹਾ ਸਾਡੇ ਬਿਊਰੋ ਚੀਫ ਜਗਤਾਰ ਜੱਗੀ ਨੂੰ, ਉਹਨਾਂ ਦੀ ਇਹ ਰਿਪੋਰਟ। ਕਦੀ ਨਹੀਂ ਗੰਡਾ ਸਾ ਚੰਡੀ ਦਾ ਹਰ ਰਿਸ਼ਤਾ ਮਹਿੰਗਾ ਮੋਤੀਆਂ ਤੋਂ ਨਹੀਂ ਪੈਸਿਆਂ ਦੇ ਨਾਲ ਤੋਲੀ ਦਾ ਨਾ ਕੱਢੀਏ ਮਾਂ ਦੀ ਗਾਲ ਕਦੇ ਤੇ ਨਾ ਧੀ ਨੂੰ ਮਾੜਾ ਬੋਲੀ ਦਾ ਕਹਿੰਦੇ ਨਾਲ ਆਸ ਜੀ ਦੇ ਕੰਮ ਕੱਢ ਲੈਂਦੇ ਰਸਾ ਚੂਸ ਲੈਂਦੇ ਮਿੱਠੀ ਜੀਭ ਵਾਲੇ ਵਰਦਾ ਸ਼ਾਇਆ ਦਰਖਤਾਂ ਦੀ ਕਰੇ ਰਾਖੀ ਮੇਵੇ ਪੱਕੇ ਤੇ ਖਾਵਣ ਨਸੀਬ ਵਾਲੇ ਮੇਰੇ ਪੱਕੇ ਤੇ ਖਾਵਣ ਨਸੀਬ ਵਾਲੇ ਬਾਈ ਜੱਗੇ ਗੱਲ ਦਾ ਲਿਖਿਆ ਹੋਇਆ ਸ਼ੇਰ ਆ ਕੋਠੇ ਤੇ ਢਾਲ ਕੇ ਮੰਜਾ ਮੈਂ ਸੌ ਕੇ ਆਉਣਾ ਏ ਕੋਠੇ ਤੇ ਢਾਲ ਕੇ ਮੰਜਾ ਹੋਈ ਕਵੀ ਪਿੰਡ ਵਿੱਚ ਹਾਣੀ ਹੈ ਨੀ ਉਹ ਮਿੱਤਰਾਂ ਦੀ ਢਾਣੀ ਹੈ ਨੀ ਜੇ ਪੰਗਾ ਕਿਸੇ ਤਕੜੇ ਨਾਲ ਲੈਣਾ ਹੋਵੇ ਦੋਸਤੋ ਜੇ ਪੰਗਾ ਕਿਸੇ ਤਕੜੇ ਨਾਲ ਲੈਣਾ ਹੋਵੇ ਦੋਸਤੋ ਉਹਦੇ ਕੋਲੋਂ ਉਹਦੇ ਯਾਰਾਂ ਵਾਲੀ ਟੋਲੀ ਖੋਲੋ ਤੇ ਹੁਣ ਦੇਖਣਾ ਆਪਾਂ ਕੀ ਹੁੰਦਾ ਨਾ ਜੇ ਪੰਗਾ ਕਿਸੇ ਤਕੜੇ ਨਾਲ ਲੈਣਾ ਹੋਵੇ ਦੋਸਤੋ ਉਹਦੇ ਕੋਲੋਂ ਉਹਦੇ ਯਾਰਾਂ ਵਾਲੀ ਟੋਲੀ ਖੋਲਵੋ ਵੱਡਾ ਭਲਵਾਨ ਕੋਈ ਢਾਉਣਾ ਹੋਵੇ ਦੋਸਤੋ ਉਹਦੇ ਕੋਲੋਂ ਘੋੜ ਵਾਲੀ ਥਾਂ ਟੋਲੀ ਖੋਲੋ ਅਮਨ ਫੇਰ ਵੀ ਗੰਦਾ ਆਏ ਹੋ ਤੇਰੇ ਨਾਮ ਦੀ ਮਹਿਮਾ ਵੀ ਹੋ ਰੁਜ਼ਗਾਰ ਦਾ ਧੰਦਾ ਏ ਹੋ ਬੜਾ ਖਾਉਰੂ ਪਾਇਆ ਏ ਆ ਕੁੱਟ ਤਪ ਰਹੇ ਹੱਥਾਂ ਨੇ ਜਿਨ੍ਹਾਂ ਨੂੰ ਤੂੰ ਦਿਸਦਾ ਉਹ ਕੋਈ ਹੋਰ ਹੀ ਅੱਖਾਂ ਨੇ ਕਾਲਾ ਕਰਦਾ ਤੂੰ ਮਾਣ ਕਿਹੜੀ ਮੁੱਛ ਤੇ ਸਾਬ ਲਾਇਆ ਕਦੇ ਅਣਖਾਂ ਦੇ ਮੁੱਲ ਦਾ ਉਹ ਪੈਂਦੇ ਪੂਰਨੇ ਨੀ ਪੰਡਤਾਂ ਦੀ ਪੁੱਛ ਤੇ ਕਦੇ ਮੱਥੇ ਦੀਆਂ ਲਿਖੀਆਂ ਨੀ ਢਹਿੰਦੀਆਂ ਦੁੱਖ ਜਾਗ ਪੈਂਦੇ ਦਰਦਾਂ ਦੀ ਹੂਕ ਨਾ ਮੁੱਛ ਅਣਖਾਂ ਦੀ ਹੁੰਦੀ ਪ੍ਰਤੀਕ ਹੋਏ ਜਿਹਦੀ ਤੁਲਨਾ ਤੂੰ ਕਰਦਾ ਮਸ਼ੂਕ ਨਾ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇੱਕ ਕਲਾਕਾਰ ਦੇ ਸਵਾਗਤ ਦੇ ਵਿੱਚ ਉਹਦੇ ਸਨਮਾਨ ਦੇ ਵਿੱਚ ਅੱਜ ਸਾਰੇ ਤੁਸੀਂ ਵੱਖ ਵੱਖ ਖੇਤਰਾਂ ਦੇ ਕਲਾਕਾਰ ਇਕੱਠੇ ਹੋਏ ਹੋ ਕਿਉਂਕਿ ਕਲਾਕਾਰ ਹੋਣਾ ਹੋਰ ਗੱਲ ਹੈ
ਤੇ ਕਲਾਕਾਰ ਦੀ ਜਿਹੜੀ ਕਦਰ ਕਰਨੀ ਉਸ ਤੋਂ ਵੱਡੀ ਗੱਲ। ਯਾਦਾਂ ਦੇ ਗੂੜੇ ਪਰਛਾਵੇਂ ਢਲਕੇ ਰਹਿ ਗਏ ਟਾਵੇਂ ਟਾਵੇਂ, ਮਿੱਤਰ ਬੇਲੀ ਕੋਈ ਕੋਈ ਰਹਿ ਗਿਆ, ਕੋਈ ਨਸ਼ਿਆਂ ਦੇ ਵਹਿਣ 'ਚ ਬਹਿ ਗਿਆ, ਤੂਤ ਨਾਲ ਕੋਈ ਫਾਹਾ ਲੈ ਗਿਆ। ਮੱਖਣ ਤੇ ਸਰੋਂ ਵਾਲਾ ਸਾਗ ਸੀ ਇੰਨਾ ਸੋਹਣਾ ਹੁੰਦਾ ਮੇਰਾ, ਇੰਨਾ ਸੋਹਣਾ ਹੁੰਦਾ ਮੇਰਾ ਰੰਗਲਾ ਪੰਜਾਬ ਸੀ, ਇੰਨਾ ਸੋਹਣਾ ਹੁੰਦਾ ਮੇਰਾ ਰੰਗਲਾ ਪੰਜਾਬ ਸੀ। ਬੀਤੇ ਵੇਲੇ ਦੀ ਉਹ ਯਾਦ ਆਣ ਕੇ ਰੁਆ ਗਈ, ਮੈਨੂੰ ਮੇਰੇ ਪਿੰਡ ਵਾਲੀ ਨਹਿਰ ਚੇਤੇ ਆ ਗਈ। ਬੀਤੇ ਵੇਲੇ ਦੀ ਉਹ ਯਾਦ ਆਣ ਕੇ ਰੁਆ ਗਈ, ਛੁੱਟੀ ਵੇਲੇ ਸਾਰੇ ਨਹਿਰ ਉੱਤੇ ਨੌਣ ਜਾਂਦੇ ਸੀ, ਪੁਲੀ ਉੱਤੇ ਚੜ ਸ਼ਾਮ ਵਾਹੋ ਤਾਹੀ ਲਾਉਂਦੇ। ਪਾਤਰ ਨੂੰ ਆਪਣੇ ਨਾਲ ਜੋੜਦੇ ਜੇ, ਅਤੇ ਆਮ ਤੌਰ 'ਤੇ ਤੁਸੀਂ ਉਸ ਤਰ੍ਹਾਂ ਦੇ ਪਾਤਰ ਨੂੰ ਜੋੜਦੇ ਜੇ, ਮੈਂ ਸ਼ਰਾਬੀ ਹੋਊਂਗਾ ਤਾਂ ਮੈਂ ਸ਼ਰਾਬੀ ਪਾਤਰ ਨੂੰ ਆਪਣੇ ਵਰਗਾ ਉਹਦਾ ਪਿਛਲਾਕ ਬਣੂੰਗਾ, ਅਤੇ ਜੇ ਮੈਂ ਸੋਫੀ ਹੋਊਂਗਾ, ਜੇ ਮੈਂ ਹਾਇਰ ਥੋਟ ਪ੍ਰੋਸੈਸ ਵਿੱਚ ਯਕੀਨ ਰੱਖਦਾ ਹੋਊਂਗਾ ਤਾਂ ਮੈਂ ਉਸ ਨੂੰ ਉਸਦਾ ਵਰਗਾ ਉਹਨੂੰ ਮੈਂ ਪਸੰਦ ਕਰੂੰਗਾ ਅਤੇ ਉਸਦੇ ਵਰਗਾ ਹੀ ਮੈਂ ਗਾਂਹ ਵਧਣ ਦੀ ਕੋਸ਼ਿਸ਼ ਕਰੂੰ। ਜਿਸ ਰਾਹੀਂ ਮਨੁੱਖ ਆਪਣੇ ਮਨੋਭਾਵਾਂ ਦਾ ਇਜ਼ਹਾਰ ਕਰਦਾ ਹੈ ਅਤੇ ਉਸਨੂੰ ਕਿਤਾਬੀ ਰੂਪ ਦੇ ਕੇ ਪਾਠਕਾਂ ਤੱਕ ਪਹੁੰਚਾਉਂਦਾ ਹੈ, ਅਤੇ ਪਾਠਕ ਜਦੋਂ ਉਸ ਰਚਨਾ ਨੂੰ ਮਾਣਦੇ ਆ, ਪੜ੍ਹਦੇ ਆ, ਅਤੇ ਉਹਦੇ ਵਿੱਚੋਂ ਆਪਣਾ ਕੁਛ ਨਾ ਕੁਛ ਭਾਲਦੇ ਆ। ਕਤਲ ਹੋਏ ਜਜ਼ਬਾਤਾਂ ਨੂੰ ਵੀ ਪਾ ਲੈਂਦੇ ਨੇ ਹਾਸੇ ਲੋਕ, ਪੀੜ ਪਰਾਈ ਬਾਲਣ ਲੈ ਕੇ, ਅੱਗ ਬਗਾਨੀ ਸੇਕਣ ਲੈ ਕੇ, ਝੂਠੇ ਦੇਣ ਦਿਲਾਸੇ ਨੂੰ। ਲੋਈ ਜਿੱਤ ਲੱਗੇ ਨਾ ਬਜੋਗਣ ਹੋਈ, ਕਿਸੇ ਦੀ ਲੱਗੀ ਕੌਣ ਜਾਣਦਾ, ਕੌਣ ਜਾਣਦਾ ਵੇ ਜਿਹਨੂੰ ਲੱਗਦੀ ਜਾਣਦਾ ਸੋਈ। ਜੁਜਨੋ ਵੱਲੋਂ ਮੰਗਲ ਠੂਰ ਦੀ ਪੁਸਤਕ ਅੱਜ ਪੰਜਾਬ ਦਾ ਪਾਣੀ ਰਿਲੀਜ਼ ਕੀਤੀ ਹੈ, ਅਤੇ ਉਹ ਵਧਾਈ ਦੇ ਬਹੁਤ ਬਹੁਤ ਪਾਤਰ ਆ, ਅਤੇ ਸਭ ਨੂੰ ਪਤਾ ਕਿਸੇ ਦੇ ਉਹ ਮਸਾਜ ਨਹੀਂ, ਉਹਨਾਂ ਦੀ ਬਹੁਤ ਸਾਫ਼ ਸੁਥਰੀ ਲਿਖਣੀ ਹੈ, ਅਤੇ ਹਮੇਸ਼ਾ ਹੀ ਪੰਜਾਬ ਦੇ ਬਾਰੇ ਗੱਲਾਂ ਕਰਦੇ, ਕਦੇ ਪੰਜਾਬ ਦੇ ਨਸ਼ਿਆਂ ਬਾਰੇ, ਹੁਣ ਜੋ ਆਪਣਾ ਪੰਜਾਬ ਦਾ ਪਾਣੀ ਉੱਥੇ ਕੈਂਸਰ ਪੈਦਾ ਹੋ ਰਿਹਾ ਉਹਦੇ ਬਾਰੇ ਉਹਨਾਂ ਨੇ ਬਹੁਤ ਹੀ ਢੁਕਮਾ ਪੁਸਤਕ ਦਾ ਨਾਂ ਰੱਖਿਆ ਪੰਜਾਬ ਦਾ ਪਾਣੀ। ਹਾਂਜੀ, ਅੱਜ ਫਰਿਜਨੋ ਦੇ ਵਿੱਚ ਸ਼ਾਇਰ ਮੰਗਲ ਠੂਰ ਦੀ ਬੁੱਕ ਰਿਲੀਜ਼ ਹੋਈ ਆ ਪੰਜਾਬ ਦਾ ਪਾਣੀ, ਬਹੁਤ ਸੋਹਣਾ ਪ੍ਰੋਗਰਾਮ ਸੀ, ਅਸੀਂ ਮੇਰੇ ਵੀਰ ਨੂੰ ਮੁਬਾਰਕਬਾਦ ਦਿੰਦੇ ਹਾਂ। ਬਹੁਤ ਬਹੁਤ ਮੁਬਾਰਕ ਦਿੰਦੇ ਹਾਂ। ਮੰਗਲ ਠੂਰ ਵੀ ਬੜੇ ਮਕਬੂਲ ਗੀਤਕਾਰ ਨੇ, ਬੜੇ ਸੰਜੀਦਾ ਔਰ ਜ਼ਿੰਮੇਵਾਰੀ ਦੇ ਨਾਲ ਲਿਖਣ ਵਾਲੇ ਗੀਤਕਾਰ ਨੇ, ਜਿਨ੍ਹਾਂ ਦੀ ਜਿਵੇਂ ਉਹਨੀ ਕਿਤਾਬ ਪੰਜਾਬ ਦਾ ਪਾਣੀ, ਸਾਡੇ ਮੰਗਲ ਠੂਰ ਬਾਈ ਜੀ ਦੀ ਕਿਤਾਬ ਪੰਜਾਬ ਦਾ ਪਾਣੀ ਹੈ ਨਾ, ਇਹ ਇੱਥੇ ਇਹਦੀ ਘੁੰਡ ਚੁਕਾਈ ਕੀਤੀ ਹੈ ਜੀ ਅਸੀਂ, ਅਤੇ ਸਾਰੇ ਇਹ ਕਿਤਾਬ ਜ਼ਰੂਰ ਪੜ੍ਹੋ, ਅਤੇ ਮੇਰੇ ਵੱਲੋਂ ਸਾਰੇ ਪੰਜਾਬੀਆਂ ਵੱਲੋਂ ਸਾਰੇ ਫਰਿਜਨੋ ਦੇ ਵਾਸੀਆਂ ਵੱਲੋਂ ਮੰਗਲ ਬਾਈ ਠੂਰ ਨੂੰ ਬਹੁਤ ਬਹੁਤ ਵਧਾਈਆਂ ਇਸ ਕਿਤਾਬ ਨੂੰ ਰਿਲੀਜ਼ ਕਰਨ ਦੇ। ਇਹ ਅੱਜ ਸਾਡੇ ਮੰਗਲ ਬਾਈ ਦੀ ਕਿਤਾਬ ਹੈ ਜੀ ਪੰਜਾਬ ਦਾ ਪਾਣੀ, ਉਹਦੀ ਘੁੰਡ ਚੁਕਾਈ ਹੈ ਜੀ, ਸਾਰਿਆਂ ਨੂੰ ਵਧਾਈ ਹੈ, ਵਧਾਈ ਹੈ ਜੀ, ਮੰਗਲ ਬਾਈ ਜੀ ਨੂੰ ਵਧਾਈ ਇਸ ਕਿਤਾਬ ਦੀ, ਔਰ ਸਾਰੇ ਜ਼ਰੂਰ ਜਿਹੜੇ ਲੈ ਕੇ ਜਾ ਰਹੇ ਪੜ੍ਹਿਓ ਜ਼ਰੂਰ, ਬਾਈ ਦੀ ਕਲਮ ਤਿੱਖੀ ਆ ਅਤੇ ਦਿਲਾਂ 'ਤੇ ਅਸਰ ਜ਼ਰੂਰ ਕਰੋ। ਅਤੇ ਕੈਲੀਫੋਰਨੀਆ ਵਿਖੇ ਵੀ ਆਜ਼ਾਦੀ ਦਿਹਾੜਾ ਬੜੇ ਹੀ ਹਰਸ਼ੋਲਾਜ ਨਾਲ ਮਨਾਇਆ ਗਿਆ, ਮੌਕਾ ਸੀਗਾ 4 ਜੁਲਾਈ ਨੂੰ ਗੁਰਦੁਆਰਾ ਸਿੱਖ ਟੈਂਪਲ ਫੇਅਰਫੀਲਡ ਵੱਲੋਂ ਵੀ ਇਸ ਪਰੇਡ ਦੇ ਵਿੱਚ ਸ਼ਮੂਲੀਅਤ ਕੀਤੀ ਗਈ। ਕੀ ਕੁਝ ਕਹਿੰਦੇ ਹੋਏ ਸਾਡੇ ਬਿਊਰੋ ਚੀਫ ਜਗਤਾਰ ਜੱਗੀ ਨੂੰ ਨਜ਼ਰ ਆਏ, ਆਓ ਵੇਖਦੇ ਹਾਂ ਉਹਨਾਂ ਦੀ ਇਹ ਰਿਪੋਰਟ। ਵੈਸੇ ਤਾਂ ਕਈ ਸਾਰੀ ਸੋਸ਼ਲ ਸਰਵਿਸਿਜ਼ ਆਰਗੇਨਾਈਜੇਸ਼ਨ ਹੋਣ ਦੇ ਵਿੱਚ ਹਨ, ਜਦ ਅਸੀਂ ਗੱਲ ਸਹਾਇਤਾ ਸੰਸਥਾ ਦੀ ਕਰਦੇ ਹਾਂ ਤਾਂ ਕੈਲੀਫੋਰਨੀਆ ਰੋਜ਼ਵੈਲ ਵਿਖੇ ਇੱਕ ਫੰਡ ਰੇਜ਼ਿੰਗ ਪ੍ਰੋਗਰਾਮ ਰੱਖਿਆ ਗਿਆ, ਜਿਸ ਵਿੱਚ ਵੱਖ ਵੱਖ ਕਾਰੋਬਾਰੀਆਂ ਨੇ ਪਹੁੰਚ ਕੇ ਇਸ ਸੰਸਥਾ ਨੂੰ ਸਹਿਯੋਗ ਕੀਤਾ। ਆਓ ਵੇਖਦੇ ਹਾਂ ਸਾਡੇ ਬਿਊਰੋ ਚੀਫ ਜਗਤਾਰ ਜੱਗੀ ਦੀ ਇਹ ਰਿਪੋਰਟ। ਪਤਾ ਵੀ ਉੱਥੇ ਨੀਡੀ ਕਿੰਨੇ ਜ਼ਰੂਰਤਮੰਦ ਲੋਕ ਆ, ਨਹੀਂ ਮਹਾਰਾਜ ਨੇ ਅੰਦਰ ਇਹੋ ਜਿਹੀ ਸ਼ਕਤੀ ਦੇ ਦਿੱਤੀ, ਉਹ ਮੌਤ ਤੋਂ ਨਹੀਂ ਡਰ ਲੱਗਦਾ। ਇਕੱਲਾ ਪੰਜਾਬ ਨਹੀਂ, ਹਿਮਾਚਲ, ਰਾਜਸਥਾਨ, ਜਿੰਨੇ ਵੀ ਦਿੱਲੀ, ਮੈਂ ਤਾਂ ਇਹ ਕਹੂੰਗਾ ਵੀ ਆਲ ਓਵਰ ਦਾ ਵਰਲਡ, ਜਦੋਂ ਤੁਸੀਂ ਮਲਟੀ ਕੰਟਰੀਆਂ ਦੇ ਵਿੱਚ ਕੰਮ ਕਰਦਾ, ਇਸ ਮੀਨ ਆਲ ਓਵਰ ਦਾ ਵਰਲਡ, ਕੈਨੇਡਾ ਦੇ ਵਿੱਚ, ਅਮੈਰੀਕਾ ਦੇ ਵਿੱਚ, ਇੰਡੀਆ ਦੇ ਵਿੱਚ, ਬੜੀ ਹਿੰਮਤ ਆ। ਕਿੰਨੇ ਕੁ ਬੰਦੇ, 5-7 ਬੰਦੇ ਆ ਜਿਹੜੇ ਆਪਾਂ ਨੂੰ ਗਾਈਡ ਕਰ ਰਹੇ ਆ। ਆਪਾਂ ਕਹਿੰਦੇ ਤਾਂ ਵੀ ਹਾਂ ਇਹ ਲੋਅਰ ਕੈਸਟ ਵਾਲੇ ਆ, ਹਜੇ ਵੀ ਇੰਡੀਆ ਜਾਓ ਤੁਸੀਂ ਦੇਖੋ ਕੈਸਟ ਸਿਸਟਮ ਇਸ ਸਟਿਲ ਦੇਅਰ। ਸੋ ਅਸੀਂ ਮੈਡੀਕਲ ਕੈਂਪ ਲਾਏ ਸੀਗੇ ਉੱਥੇ, ਵਿਜ਼ਨ ਕੈਂਪਸ, ਮੈਡੀਕਲ ਕੈਂਪਸ, ਐਂਡ ਦੇ ਆਲਸੋ ਪ੍ਰੋਵਾਈਡ ਓਪਰਚੁਨਿਟੀਜ਼ ਐਂਡ ਰੀਸੋਰਸਿਸ ਫੋਰ ਨੀਡੀ ਫੈਮਲੀਜ਼।
I was able to visit some of the families and I ended up adopting one. And jab mere parents mere naal daddy ji gaye sige, it was my second trip to India in 23 years, let me tell you that. I was afraid to go to India. Mere bacche ajj tak nahi gaye hai ke oh bhi darde ya. And when I wanted to go, my mom heard that I'm going to India, kehndi oh my god tu kalli na jai, let me send your dad with you. I was like, okay mom, I'm old enough, I can take care of myself. She's like, nope. Paaji na assi sare shelters dekhe. I went to Balkar, I went to another inauguration, and I can't explain in words how I felt. Utthe ja ke jehde bachiyan da unna ne facility banayi aa, it was outstanding, I can't even tell you. Na kiti chehre di kitab odi kinj pad lende, ਸੱਜਣਾ ਨੇ ਸਾਡੇ ਵੱਲ ਝਾਤ ਹੀ ਨਾ ਕੀਤੀ, ਟੁੱਟੇ ਇਤਬਾਰ ਦੀਆਂ ਔਖੀਆਂ ਮੁਰੰਮਤਾਂ ਨੇ, ਉਹਨਾਂ ਕਦੇ ਵਫਾ ਦੀ ਸੁਗਾਤ ਹੀ ਨਾ ਕੀਤੀ, ਹੁਸਨ ਦੇ ਗਰੂਰ ਹੀ ਨਾ ਆਉਣ ਨਜ਼ਦੀਕ ਦਿੱਤਾ, ਤੇ ਰੱਬ ਨੇ ਵੀ ਕੋਈ ਕਰਾਮਾਤ ਹੀ ਨਾ ਕੀਤੀ। ਬਹੁਤ ਬਹੁਤ ਧੰਨਵਾਦ। ਬੋਲਣ ਲਈ ਤੁਸੀਂ ਮੈਨੂੰ ਕ੍ਰੈਡਿਟ ਦੇ ਸਕਦੇ ਹੋ, ਰਾਈਟਰ ਪਿੱਛੇ ਬੈਠੇ ਨੇ ਦਲਵੀਰ ਦਿਲ ਰਹਿਜਰ, ਥੈਂਕ ਯੂ ਭਾਅ ਜੀ। ਜਦੋਂ ਸਫ਼ਰ ਦੀ ਗੱਲ ਕਰਦੇ ਹਾਂ, ਬੜਾ ਲੰਮਾ ਸਫ਼ਰ ਹੈ, ਬੜੇ ਕੰਢੇ ਪਿੱਛੇ ਹੋਏ ਨੇ ਜਿਨ੍ਹਾਂ 'ਤੇ ਤੁਰ ਕੇ ਜਾਣਾ ਪੈਂਦਾ ਹੈ। ਅਸਲੀਅਤ ਜਿਹੜੀ ਹੈ ਨਾ, ਦੋ ਨੰਬਰੀ ਜ਼ਿਆਦੇ ਇੱਕ ਨੰਬਰੀ ਘੱਟ ਹੈ, ਦੋ ਨੰਬਰੀ ਦਾ ਜ਼ਿਆਦੇ ਉਹਨਾਂ 'ਤੇ ਵਿਸ਼ਵਾਸ ਕੀਤਾ ਜਾਂਦਾ। ਮੈਨੂੰ ਡਾਕਟਰ ਸਾਹਿਬ ਦੇ ਕੰਮ ਬਾਰੇ ਨਹੀਂ ਸੀ ਪਤਾ। ਆਈ ਐਮ ਫੀਲਿੰਗ ਰੀਅਲੀ ਬੜਾ ਮਾੜਾ ਮੈਨੂੰ ਮਹਿਸੂਸ ਹੋ ਰਿਹਾ। ਤੁਹਾਡੇ ਨਾਲ ਮੇਰੀ ਇੰਨੀ ਸਾਂਝ ਹੈ, ਮੈਨੂੰ ਇੰਨਾ ਨਹੀਂ ਸੀ ਪਤਾ ਤੁਸੀਂ ਐਡੇ ਵੱਡੇ ਲੈਵਲ 'ਤੇ ਇਹ ਕੰਮ ਕਰ ਰਹੇ ਹਾਂ, ਅਤੇ ਮੈਂ ਅੱਜ ਤੋਂ ਬਾਅਦ ਤੁਹਾਡਾ ਤਾਬਿਆਦਾਰ ਹਾਂ ਜੀ। ਮੈਂ ਤੁਹਾਡੇ ਨਾਲ ਹੈ ਨਾ, ਮੋਢੇ ਨਾਲ ਮੋਢਾ ਲਾ ਕੇ ਚੱਲਾਂਗਾ। ਮੈਂ ਜਿੱਥੇ ਵੀ ਹੋਵਾਂ, ਪਾਕਿਸਤਾਨ ਹੋਵਾਂ, ਇੰਡੀਆ ਹੋਵਾਂ, ਤੁਸੀਂ ਜਿੱਥੇ ਬੁਲਾਓਗੇ ਮੈਂ ਉੱਥੇ ਜ਼ਰੂਰ ਆਵਾਂਗਾ। ਮੈਂ ਤੁਹਾਡਾ ਨੌਕਰ ਹਾਂ, ਮੈਂ ਪੰਜਾਬੀ ਬੋਲੀ ਦਾ ਨੌਕਰ ਹਾਂ ਜੀ। ਜਿੰਨਾ ਚਿਰ ਸਾਹ ਨੇ, ਜੋ ਮੇਰੇ ਤੋਂ ਹੋਊਗਾ ਮੈਂ ਲਿਖਦਾ ਰਹੂੰਗਾ। ਸੋ ਦੀਸ ਕਿਡਸ, ਦ ਬੋਥ ਪੇਰੈਂਟਸ ਆਰ ਡੈਡ, ਕਮਿਟਡ ਸੁਸਾਈਡ, ਦ ਗ੍ਰੈਂਡਮਾ ਇਜ਼ ਰੇਜ਼ਿੰਗ ਦੈਮ, ਦ ਗਰਲ ਇਜ਼ ਸੁਪਰ ਸਮਾਰਟ, ਦੇ ਆਰ ਵੈਰੀ ਸਮਾਰਟ। ਮੈਂ ਭਾਜੀ ਨੂੰ ਪੁੱਛਿਆ, ਤੁਸੀਂ ਇਹਨਾਂ ਨੂੰ ਐਜੂਕੇਸ਼ਨ ਦੇ ਪੈਸੇ ਦਿੰਦੇ ਆ, ਹਾਊ ਡੂ ਯੂ ਨੋ ਦ ਮਨੀ ਇਜ਼ ਗੋਇੰਗ ਫੋਰ ਟੂ ਦ ਰਾਈਟ ਕਿਡ? ਦੇ ਇਸ ਨੋਟ ਦੇ ਕੈਨ ਦੇ ਹੈਵ ਟੂ ਸਕੋਰ ਸਰਟਨ ਅਮਾਊਂਟ, 80% ਤੋਂ ਉੱਤੇ ਨੰਬਰ ਚਾਹੀਦੇ ਆ ਤਾਂ ਪੈਸੇ ਮਿਲਦੇ ਆ। ਦੀਸ ਕਿਡਸ ਆਰ ਵੈਰੀ ਬ੍ਰਾਈਟ, ਦੇ ਜਸਟ ਨੀਡ ਦੀ ਓਪਰਚੁਨਿਟੀ, ਐਂਡ ਵਟ ਯੂ ਗਾਈਜ਼ ਆਰ ਆਲ ਹੇਅਰ, ਯੂ ਆਰ ਗਿਵਿੰਗ ਦੈਮ ਦੈਟ ਓਪਰਚੁਨਿਟੀ। Every dollar you donate today is going to them. ਉਹਨਾਂ ਦੇ ਘਰ ਦੀ ਕੰਡੀਸ਼ਨ, ਦੋ ਮੰਜੇ ਸੀਗੇ ਬਿਸਤਰੇ ਉੱਤੇ ਪਏ ਆ, ਥੱਲੇ ਕੱਚਾ ਫਲੋਰ ਆ, ਨਾ ਪੱਖਾ ਨਾ ਲਾਈਟ। ਇਹਦੇ ਲੰਬੇ ਸਮੇਂ ਤੋਂ ਸਹਾਇਤਾ ਨਾਲ ਜੁੜੇ ਹੋਏ ਵਨ ਆਫ ਦ ਵਲੰਟੀਅਰਸ ਮਿਸਟਰ ਸੁਖਵਿੰਦਰ ਸਗੇੜਾ, ਜਿਹੜੇ ਨੂੰ ਤੁਹਾਡੇ ਨਾਲ ਆਪਣੇ ਐਕਸਪੀਰੀਅੰਸ ਸ਼ੇਅਰ ਕਰਕੇ ਕਿਸ ਤਰ੍ਹਾਂ ਉਹ ਇਨਵੋਲਵ ਹੋਏ, ਅਤੇ ਮੈਂ ਬੇਨਤੀ ਕਰਦੀ ਹਾਂ ਪਲੀਜ਼ ਸਟੇਜ 'ਤੇ ਆਓ ਮਿਸਟਰ ਸੁਖਵਿੰਦਰ ਸਗੇੜਾ। ਅਤੇ ਫਿਲਹਾਲ ਜਸਟ ਕੈਮਰੇ ਦੀ ਨਜ਼ਰ ਦੇ ਵਿੱਚ ਇੰਨਾ ਹੀ। ਜੇਕਰ ਤੁਹਾਡੇ ਕੋਲ ਵੀ ਹਨ ਅਜਿਹੀਆਂ ਸਟੋਰੀਜ਼, ਤਾਂ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ info@justbroadcasting.com, harkeerat@justbroadcasting.com। ਮੌਕਾ ਹੈਗਾ ਤੁਹਾਡੇ ਕੋਲ ਵੀ ਸਾਡੇ ਆਈ ਰਿਪੋਰਟਰ ਬਣਨ ਦਾ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਭੇਜੀਆਂ ਹੋਈਆਂ ਸਟੋਰੀਜ਼ ਨੂੰ ਅਸੀਂ ਚਲਾਵਾਂਗੇ ਇਸ ਪ੍ਰੋਗਰਾਮ ਦੇ ਵਿੱਚ, ਇਸੀ ਸਮੇਂ ਇਸੇ ਦਿਨ, ਜਿਹਦਾ ਨਾਂ ਹੈ ਜਸਟ ਕੈਮਰੇ ਦੀ ਨਜ਼ਰ। ਫਿਲਹਾਲ ਮੈਨੂੰ ਹਰਕੀਰਤ ਸਿੰਘ ਆਲੂਵਾਲੀਆ ਅਤੇ ਮੇਰੇ ਨਾਲ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।